ਉਸ ਦੇ ਵਿੱਚ ਪੰਜਾਬ ਦੇ ਨੌਜਵਾਨ ਫਸੇ ਹੋਏ ਨੇ। ਪਹਿਲਾਂ ਵੀ ਉਹਨਾਂ ਨੇ ਵੀਡੀਓ ਜਾਰੀ ਕੀਤੀਆਂ, ਵੀਡੀਓ ਜਾਰੀ ਕਰਨ ਦੇ ਬਾਵਜੂਦ ਕੋਈ ਸੁਣਵਾਈ ਕਿਤੇ ਨਹੀਂ ਹੋਈ, ਤਾਂ ਦੁਬਾਰਾ ਫਿਰ ਉਹਨਾਂ ਨੇ ਵੀਡੀਓ ਜਾਰੀ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਸਾਡੀ ਮਦਦ ਕਰੇ, ਕੇਂਦਰ ਸਰਕਾਰ ਸਾਡੀ ਮਦਦ ਕਰੇ, ਪਰ ਕੇਂਦਰੀ ਮੰਤਰਾਲੇ ਵੱਲੋਂ ਜਾਂ ਸੰਬੰਧਿਤ ਵਿਭਾਗ ਵੱਲੋਂ ਕਹਿੰਦੇ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਰੂਸ ਤੱਕ। ਨੌਜਵਾਨ ਮੁੰਡੇ ਨੇ ਫਰੰਟ ਲਾਈਨ ਦੇ ਉੱਤੇ ਉਹਨਾਂ ਨੂੰ ਲੜਨ ਲਈ ਭੇਜਿਆ ਜਾ ਰਿਹਾ ਹੈ ਅਤੇ ਕਹਿੰਦੇ 10 ਦਿਨਾਂ ਬਾਅਦ ਢਿੱਲੋਂ ਸਾਹਿਬ 3 ਦਿਨਾਂ ਦੀ ਉਹਨਾਂ ਨੂੰ ਛੁੱਟੀ ਮਿਲਦੀ ਹੈ, 10 ਦਿਨ ਫਰੰਟ ਲਾਈਨ ਦੇ ਉੱਤੇ ਅਤੇ 3 ਦਿਨ ਦੀ ਛੁੱਟੀ। ਅਤੇ ਹੁਣ ਤੱਕ ਉੱਧਰ ਯੂਕਰੇਨ ਦੀ ਗੋਲੀ ਦਾ 3 ਭਾਰਤੀ ਸ਼ਿਕਾਰ ਹੋ ਚੁੱਕੇ ਨੇ। ਰੂਸ ਦੇ ਵਿੱਚ ਪੰਜਾਬ ਦੇ ਨੌਜਵਾਨ ਫਸੇ ਹੋਏ ਨੇ। ਪਹਿਲਾਂ ਵੀ ਉਹਨਾਂ ਨੇ ਵੀਡੀਓ ਜਾਰੀ ਕੀਤੀਆਂ, ਵੀਡੀਓ ਜਾਰੀ ਕਰਨ ਦੇ ਬਾਵਜੂਦ ਕੋਈ ਸੁਣਵਾਈ ਕਿਤੇ ਨਹੀਂ ਹੋਈ, ਤਾਂ ਦੁਬਾਰਾ ਫਿਰ ਉਹਨਾਂ ਨੇ ਵੀਡੀਓ ਜਾਰੀ ਕਰ ਦਿੱਤੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਾਡੀ ਮਦਦ ਕਰੇ, ਕੇਂਦਰ ਸਰਕਾਰ ਸਾਡੀ ਮਦਦ ਕਰੇ, ਪਰ ਕੇਂਦਰੀ ਮੰਤਰਾਲੇ ਵੱਲੋਂ ਜਾਂ ਸੰਬੰਧਿਤ ਵਿਭਾਗ ਵੱਲੋਂ ਕਹਿੰਦੇ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਰੂਸ ਤੱਕ, ਅਤੇ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦਿੱਤਾ ਗਿਆ ਹੈ। ਅਤੇ ਇੱਕ ਪਰਿਵਾਰ ਹੈ, ਉਸ ਪਰਿਵਾਰ ਦਾ ਜਿਹੜਾ ਬੇਟਾ ਹੈ ਗਗਨ ਆ ਉਹਦਾ ਨਾਮ, ਗੁਰਦਾਸਪੁਰ ਦਾ ਜੀ, ਉਹਨੇ ਵੀ ਮਦਦ ਦੀ ਗੁਹਾਰ ਲਾਈ ਹੈ ਕਿ ਸਾਡੇ ਬੱਚੇ ਨੂੰ ਵਾਪਸ ਸਹੀ ਸਲਾਮਤ ਲਿਆਂਦਾ ਜਾਵੇ। ਨੌਜਵਾਨ ਮੁੰਡੇ ਨੇ ਫਰੰਟ ਲਾਈਨ ਦੇ ਉੱਤੇ ਉਹਨਾਂ ਨੂੰ ਲੜਨ ਲਈ ਭੇਜਿਆ ਜਾ ਰਿਹਾ ਹੈ ਅਤੇ ਕਹਿੰਦੇ 10 ਦਿਨਾਂ ਬਾਅਦ ਢਿੱਲੋਂ ਸਾਹਿਬ 3 ਦਿਨਾਂ ਦੀ ਉਹਨਾਂ ਨੂੰ ਛੁੱਟੀ ਮਿਲਦੀ ਹੈ, 10 ਦਿਨ ਫਰੰਟ ਲਾਈਨ ਦੇ ਉੱਤੇ ਅਤੇ 3 ਦਿਨ ਦੀ ਛੁੱਟੀ। ਅਤੇ ਹੁਣ ਤੱਕ ਉੱਧਰ ਯੂਕਰੇਨ ਦੀ ਗੋਲੀ ਦਾ 3 ਭਾਰਤੀ ਸ਼ਿਕਾਰ ਹੋ ਚੁੱਕੇ ਨੇ। ਧਰਮਿੰਦਰ, ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜੀ ਦੇਸ਼ ਦੀ ਸਰਕਾਰ ਹੈ ਅਤੇ ਸੂਬੇ ਦੀਆਂ ਸਰਕਾਰਾਂ ਨੇ ਉਹ ਫੇਲ ਨੇ। ਦੂਜੀ ਵਾਰ ਆਪਾਂ ਇਹਨਾਂ ਨੂੰ ਵੀ ਪੁੱਛਦੇ ਹਾਂ ਕਿ ਭਾਈ ਰੋਜ਼ ਠੱਗੀਆਂ ਵੱਜਦੀਆਂ ਨੇ, ਇਹਦੇ ਬਾਵਜੂਦ ਤੁਸੀਂ ਆਪਣੇ ਮਾਂ ਬਾਪ ਦੀ ਹੱਡ ਪਸੀਨੇ ਦੀ ਕਮਾਈ, ਕਈ ਤਾਂ ਕਰਜ਼ੇ ਲੈ ਕੇ ਬੱਚਿਆਂ ਨੂੰ ਭੇਜਦੇ ਆ, ਇਹ ਤੁਸੀਂ ਖਤਮ ਕਿਉਂ ਕਰਦੇ ਹੋ? ਤੁਸੀਂ ਜਦੋਂ ਜਾਂਦੇ ਹੋ ਕਿਸੇ ਨੂੰ ਪੁੱਛ ਕੇ ਜਾਂਦੇ ਹੋ। ਮੇਰਾ ਖਿਆਲ ਕੇਂਦਰ ਸਰਕਾਰ ਨੂੰ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਇੱਕ ਮਤਾ ਪਾਸ ਕਰ ਦੇਣਾ ਚਾਹੀਦਾ, ਜਿਹੜਾ ਬੱਚਾ ਇਸ ਤਰ੍ਹਾਂ ਦਾ ਅਪਲਾਈ ਕਰੇ ਪਹਿਲਾਂ ਸਰਕਾਰ ਤੋਂ ਕਲੀਅਰੈਂਸ ਸਰਟੀਫਿਕੇਟ ਲਵੇ, ਕੇਂਦਰ ਦਾ ਵਿਦੇਸ਼ ਮੰਤਰਾਲਾ ਜ਼ਿੰਮੇਵਾਰੀ ਲਵੇ ਕਿ ਹਾਂ ਜਿਹੜੇ ਬੱਚੇ ਚੱਲੇ ਨੇ ਇਹ ਸਹੀ ਹੱਥਾਂ 'ਚ ਚੱਲੇ ਨੇ, ਅਤੇ ਭੇਜਣ ਵਾਲੇ ਏਜੰਟ ਸਹੀ ਨੇ, ਸਰਕਾਰਾਂ ਤੋਂ ਸਹੀ ਮਾਨਤਾ ਪ੍ਰਾਪਤ ਨੇ, ਐਵੇਂ ਦੁਕਾਨਾਂ ਨਹੀਂ ਖੋਲ੍ਹੀਆਂ ਹੋਈਆਂ। ਜਦੋਂ ਕੋਈ ਜਾਂਦਾ ਕਿਸੇ ਨੂੰ ਪੁੱਛਦਾ ਨਹੀਂ, ਮੁੜ ਕੇ ਤੁਸੀਂ ਸਰਕਾਰਾਂ ਦੀ ਗੱਲ ਪਾਉਂਦੇ ਹੋ, ਸਰਕਾਰਾਂ ਨੇ ਤੁਹਾਨੂੰ ਕਿਹਾ ਸੀ ਕਿ ਜਾਓ। ਸਰਕਾਰਾਂ ਇਸ ਕਰਕੇ ਫੇਲ ਨੇ, ਸਰਕਾਰਾਂ ਨੌਜਵਾਨੀ ਨੂੰ ਰੁਜ਼ਗਾਰ ਨਹੀਂ ਦੇ ਸਕੀਆਂ। ਮੈਨੂੰ ਕਹਿਣ 'ਚ ਕੋਈ ਹਰਜ ਨਹੀਂ, ਸਾਡੇ ਪ੍ਰਧਾਨ ਮੰਤਰੀ ਨੇ 14 'ਚ ਨਾਰਾ ਲਾਇਆ ਸੀ 2 ਕਰੋੜ ਨੌਕਰੀਆਂ ਹਰ ਸਾਲ, ਅਤੇ ਅੰਕੜਾ ਕੱਢ ਲਓ ਜੋ ਕਾਂਗਰਸ ਪਾਰਟੀ ਦੇ ਆਗੂ ਅੰਕੜਾ ਦਿੰਦੇ ਆ ਕਿ 30 ਲੱਖ ਭਾਰਤ ਦੇ ਵਿੱਚ ਅਸਾਮੀਆਂ ਖਾਲੀ ਪਈਆਂ ਨੇ ਸਰਕਾਰੀ ਨੌਕਰੀਆਂ ਦੀਆਂ, ਅਤੇ ਫਿਰ ਚੱਲੇ ਆਪਾਂ ਕਿੱਧਰ ਨੂੰ ਹੈ? ਇਸ ਕਰਕੇ ਜਦੋਂ ਵੀ ਬੱਚੇ ਜਾਂਦੇ ਨੇ ਉਹ ਪਹਿਲਾਂ ਆਪਦਾ ਪੂਰਾ ਪਤਾ ਕਰ ਲੈਣ, ਮੁੜ ਕੇ ਕਈਆਂ ਨੂੰ ਜਾਨ ਜੋਖਮ 'ਚ ਪਾਉਣੀ ਪੈਂਦੀ ਹੈ। ਭਵਿੱਖ ਬਣਾਉਣ ਦੀ ਥਾਂ 'ਤੇ ਆਪਦਾ ਤਾਂ ਭਵਿੱਖ ਕੀ ਬਣਾਉਣਾ, ਮਾਪਿਆਂ ਦੇ ਭਵਿੱਖ ਦੇ ਵਿੱਚ ਵੀ ਹਨੇਰਗਰਦੀ ਪੈਦਾ ਕਰਕੇ ਆ ਜਾਂਦੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ,
ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।